मानिया पहला तो अज जो नरेंद्र मोदी का लाइव सुनिया तो यकीन होया कि नहीं होया भी हाँ सच है कि नहीं पहला दो मिनट तो मन नहीं सी मनता भी इनी जालम सरकार जी साढ़े ते एडे साल तो इन्नी डेढ़ साल हो गया सी साढ़े ते जुल्म ही होंदे आए सी 700 तो उपर किसान शहीद हो गए यकीन नहीं सी होया मन मनन नु तैयार नहीं सी पर जब फाइनली रिसर्च की पता लग्या न्यूज़ चैनल्स ते देखिया तो ये देख के बहुत खुशी हुई कि वो 700 शहीदियां अज पार लग गई ने और सानू समझा नहीं पाए या उस उन्हें साड़ी समझ नहीं पाई असल च गल ए होई कि इन्नी दुनिया नू वो समझाना चाहते ही नहीं सी वो अपनी मनाना चाहते सी ते असी मन्ने नहीं असी उन्हें अपनी समझाती ते उन्होंने अपना मन समझाने लई ए कहता भी वो सानू नहीं समझा पाए कंगना दी सुनदा कौन है ਉਹਨੂੰ ਬਸ ਆਪਣੀ ਪਈ ਹੈ ਵੀ ਉਹਨੇ ਜਸਟ ਪਬਲਿਸਿਟੀ ਲੈਣੀ ਹੈ ਜਿੱਥੋਂ ਸੁਣਨਾ ਚਾਹੁੰਦੀ ਹੈ ਉਹਨੇ ਸੁਣਾ ਲੈਣੀ ਹੈ ਉਹਨੇ ਬਸ ਆਪਣਾ ਜਾ ਕੇ ਇੱਕ ਬਿਆਨ ਜਿਹਾ ਦੇਣਾ ਉਹਦੀ ਲੱਤਾਂ ਹੀ ਨਹੀਂ ਉਹਨੇ ਥਾਂ ਥਾਂ ਤੇ ਫਸਾਉਣੀਆਂ ਹੀ ਨੇ ਸਿੰਪਲੀ ਇਹੀ ਕੰਮ ਹੈ ਉਹਦਾ ਉਹਨ ਕਦੇ ਖੁਸ਼ ਹੋ ਹੀ ਨਹੀਂ ਸਕਦੀ ਸਿੰਪਲ ਜੀ ਗੱਲ ਹੈ ਉਹਨੂੰ ਆਪਣੇ ਉਹ ਚਾਹੀਦੇ ਨੇ ਕਿ ਪਹਿਲਾਂ ਮੈਂ ਮੋਦੀ ਸਰਕਾਰ ਕੀਤਾ ਮੈਂ ਟਵਿੱਟਰ ਤੋਂ ਵੀ ਬੈਨ ਹੋ ਗਈ ਹੁਣ ਮੇਰਾ ਕੰਮ ਵੀ ਨਹੀਂ ਹੋ ਰਿਹਾ ਜਿਹੜੀ ਮੋਦੀ ਸਰਕਾਰ ਦੀ ਮੈਂ ਐਡੀ ਕੀਤੀ ਉਹ ਹੀ ਮੇਰੀ ਸੁਣ ਨਹੀਂ ਰਹੀ ਉਹ ਉਹਨਾਂ ਦੇ ਖਿਲਾਫ ਹੋ ਗਈ ਜੋ ਉਹਨੇ ਬੋਲਿਆ ਉਹਦੀ ਤਾਂ ਪੂਰੀ ਹਸਤੀ ਢਹਿ ਗਈ ਨਾ ਇਹਨਾਂ ਨੂੰ ਅੱਤਵਾਦੀ ਵੀ ਕਹਿਤਾ ਹੁਣ ਤਾਂ ਇਹ ਵੀ ਬਿਆਨ ਦੇਤਾ ਸੀ ਵੀ 2014 ਇੱਚੀ ਆਜ਼ਾਦ ਹੋਏ ਸੀ ਉਸ ਤੋਂ ਪਹਿਲਾਂ ਤਾਂ ਆਜ਼ਾਦੀ ਨਹੀਂ ਸੀ ਕੋਈ ਗੱਲ ਨਹੀਂ ਅਸੀਂ ਕੁਝ ਵੀ ਨਹੀਂ ਕੀਤਾ ਉਹ ਕੱਲੀ ਆਜ਼ਾਦ ਕਰਕੇ ਆਈਏ ਜਿਹੜੀ ਉਹ ਲੱਕੜੀ ਦੇ ਘੋੜਿਆਂ ਤੇ ਚੱਲਣ ਵਾਲੇ ਸਾਨੂੰ ਦੱਸਣਗੇ ਵੀ 47 ਚ ਆਜ਼ਾਦ ਹੋਏ ਸੀ ਅਸੀਂ ਜਾਂ ਅਸੀਂ 14 ਚ ਆਜ਼ਾਦ ਹੋਏ ਸੀ ਤੇ ਆਪਣੇ ਬੰਦੇ ਬਿਠਾਉਂਦੀ ਹੈ ਆਪ ਟਿਕਟਾਂ ਖਰੀਦਦੀ ਹੈ ਆਈ ਡੋਨਟ ਥਿੰਕ ਹਰ ਮੂਵੀਜ਼ ਮੇਕ ਸੈਂਸ ਜੋ ਮਰਜ਼ੀ ਕਰੀ ਜੋ ਭਾਵੇਂ ਇੱਥੇ ਮੋਰਚਾ ਲਾਈ ਰੱਖੋ ਭਾਵੇਂ ਬੰਦ ਕਰ ਦਿਓ ਭਾਵੇਂ ਪੱਕਾ ਬੰਦ ਕਰ ਦਿਓ ਵਾਪਸ ਨਹੀਂ ਹੋਣਗੇ ਹੁਣ ਉਹਨਾਂ ਦਾ ਕੀ ਬਣੂਗਾ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੀ ਜੋ ਸੱਚ ਹੁੰਦਾ ਤੇ ਜੋ ਇੱਕ ਚੀਜ਼ ਕਿਸੇ ਦੇ ਹੱਕ ਹੁੰਦੇ ਨੇ ਉਹ ਪੂਰੇ ਹੋਣੇ ਹੀ ਹੁੰਦੇ ਨੇ ਉਹ ਇਦਾਂ ਨਹੀਂ ਹੋ ਸਕਦਾ ਵੀ ਕੋਈ ਇੱਕ ਬੰਦਾ ਜਾਂ ਦੂਜਾ ਬੰਦਾ ਆ ਕੇ ਸਾਡੇ ਉੱਤੇ ਸਾਡੇ ਹੱਕ ਖੋਲੇ ਸਾਡੀ ਰੋਟੀ ਖੋਲੇ ਤੇ ਅਸੀਂ ਬੈਠ ਕੇ ਦੇਖੀ ਜਾਈਏ ਅਸੀਂ ਸਾਲ 2 ਸਾਲ 3 ਸਾਲ ਜਿੰਨੇ ਮਰਜ਼ੀ ਸਾਲ ਲੱਗਦੇ ਚਾਹੇ ਸਾਨੂੰ 24 ਤੱਕ ਬੈਠਣਾ ਪੈਂਦਾ ਪਹਿਲਾਂ ਵੀ ਇਹੀ ਕਿਹਾ ਸੀ ਵੀ 24 ਤੱਕ ਬਹਿਣਾ ਪਵੇ 22 ਤੱਕ ਬਹਿਣਾ ਪਵੇ ਅਸੀਂ ਬੈਠਾਂਗੇ ਕੋਈ ਨਹੀਂ ਲੈ ਲੈਣ ਸਾਨੂੰ ਫਰਕ ਨਹੀਂ ਪੈਂਦਾ ਅਸਲੀ ਕ੍ਰੈਡਿਟ ਉਹ ਇੰਨੀਆਂ ਮਾਵਾਂ ਭੈਣਾਂ ਪੁੱਤਰਾਂ ਸਾਡੇ ਕਿੰਨੇ ਭਰਾਵਾਂ ਨੂੰ ਜਾਂਦਾ ਹੈ ਜਿਹੜੇ ਉੱਥੇ ਬੈਠੇ ਨੇ 1.5 ਸਾਲ ਤੋਂ ਉੱਥੇ ਬੈਠੇ ਨੇ ਠੰਡ ਗਰਮੀ ਬਾਰਿਸ਼ ਜੋ ਜਿੰਨੇ ਮੌਸਮ ਦੇਖੇ ਨੇ ਉਹਨਾਂ ਨੇ ਉੱਥੇ ਦੇਖੇ ਨੇ ਵਿਆਹ ਦੇਖੇ ਨੇ ਉਹਨਾਂ ਨੇ ਉੱਥੇ ਦੇਖੇ ਨੇ ਬੈਕਫੁੱਟ ਤੇ ਆਉਣਾ ਤਾਂ ਬਣਦਾ ਸੀ ਕਿੰਨੇ ਕੁ ਦੇਰ ਝੂਠ ਦੇ ਪੈਰ ਰਹਿ ਸਕਦੇ ਨੇ ਝੂਠ ਦੇ ਪੈਰਾਂ ਨੂੰ ਨਾ ਸਿਉਂਕ ਛੇਤੀ ਲੱਗਦੀ ਹੈ ਕਿਉਂਕਿ ਉਹ ਲੱਕੜ ਦੇ ਹੁੰਦੇ ਆ ਉਹਨਾਂ ਨੂੰ ਸਿਉਂਕ ਲੱਗ ਗਈ ਉਹ ਖਾਦੇ ਗਏ ਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਵਰਜੋਤ ਸਿੰਘ ਸਵੇਰੇ ਪਹਿਲੀ ਵਾਰੀ ਇਦਾਂ ਹੋਇਆ ਹੋਏਗਾ ਨਰਿੰਦਰ ਮੋਦੀ ਲਾਈਵ ਹੋਣਗੇ ਤੇ ਪੂਰਾ ਉੱਤਰ ਭਾਰਤ ਅਤੇ ਕਈ ਭਾਰਤ ਦੇ ਕਿਸਾਨ ਜ਼ਰੂਰ ਉਸ ਸਮੇਂ ਖੁਸ਼ ਹੋ ਗਏ ਹੋਣਗੇ ਕਿਉਂਕਿ ਅੱਗੇ ਅਕਸਰ ਮਨ ਕੀ ਬਾਤ ਕਰਦੇ ਸੀ ਜਾਂ ਕੋਈ ਹੋਰ ਬਾਤ ਕਰਦੇ ਸੀ ਤਾਂ ਲੋਕ ਹੱਸਦੇ ਵੀ ਸੀ ਟ੍ਰੋਲ ਵੀ ਬਣਾਉਂਦੇ ਸੀ ਪਰ ਨਰਿੰਦਰ ਮੋਦੀ ਦਾ ਲਾਈਵ ਐਸਾ ਸੀਗਾ ਜਿਸ ਵਿੱਚ ਉਹਨਾਂ ਨੇ ਕਹਿਤਾ ਸੀ ਵੀ ਜਿਹੜੇ ਖੇਤੀ ਕਾਨੂੰਨ ਬਣਾਏ ਸੀ ਉਹਨੂੰ ਅਸੀਂ ਵਾਪਸ ਲਵਾਂਗੇ ਸੋ ਕਿਸਾਨਾਂ ਦਾ ਜਿਹੜਾ 1.5 ਸਾਲ ਦਾ ਸੰਘਰਸ਼ ਹੈ ਅੰਤ ਵਿੱਚ ਕਹਿ ਸਕਦੇ ਹਾਂ ਵੀ ਜਿੱਤ ਹੋਈ ਜਿਵੇਂ ਕਿ ਗਾਣੇ ਵੀ ਆਉਂਦੇ ਸੀ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖੇ ਉਹ ਤੇ ਲਗਾਤਾਰ ਹੀ ਜੋ ਕਹਿ ਸਕਦੇ ਆ ਵੀ ਭਾਰਤ ਬੰਦ ਦੇ ਵੀ ਜੋ ਉਹਨਾਂ ਨੇ ਕਹਿ ਸਕਦੇ ਕਾਲ ਵੀ ਦਿੱਤੀਆਂ ਸੀ ਲਗਾਤਾਰ ਤੇ ਉਹ ਵੀ ਤੁਹਾਨੂੰ ਕਵਰੇਜ ਦਿਖਾਉਂਦੇ ਹੀ ਰਹੇ ਸੀ ਅਤੇ ਹੁਣ ਸਭ ਤੋਂ ਵੱਡੀ ਗੱਲ ਆ ਵੈ ਕਿਸਾਨ ਜ਼ਰੂਰ ਖੁਸ਼ ਹੋਏ ਪਰ ਉਹਨਾਂ ਨੇ ਜਿਹੜੇ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੇ ਇਹ ਵੀ ਗੱਲ ਕਹੀ ਆ ਵੀ ਹਜੇ ਅਸੀਂ ਮੋਰਚਾ ਨਹੀਂ ਚੱਕਾਂਗੇ ਇੱਕ ਵਾਰੀ ਤੁਹਾਨੂੰ ਇਹ ਵੀ ਗੱਲ ਹੈ ਇੱਕ ਲੁਧਿਆਣੇ ਦੀ ਨੌਜਵਾਨ ਕੁੜੀ ਨਾਲ ਪਹਿਲਾਂ ਵੀ ਤੁਹਾਡੇ ਨਾਲ ਗੱਲਬਾਤ ਇਸ ਦੀ ਸੁਣਾਈ ਸੀ ਮਾਨਿਆ ਕੌਰ ਸਾਡੇ ਨਾਲ ਮੌਜੂਦ ਹੈ ਹੁਣ ਫਿਰ ਇਸ ਨਾਲ ਗੱਲਬਾਤ ਕਰਦੇ ਹਾਂ ਕਿਉਂਕਿ ਬਹੁਤ ਬੱਚੇ ਨਿਕਲੇ ਸੀ ਇਹ ਮੋਰਚੇ ਤੋਂ ਜਿਹੜੇ ਐਕਟਿਵ ਸੀ ਜਿਹੜੇ ਪੋਲਿਟਿਕਸ ਨਾਲ ਰਿਲੇਟਡ ਬਹੁਤ ਜ਼ਿਆਦਾ ਐਕਟਿਵ ਸੀ ਅਤੇ ਉਹਨਾਂ ਨੂੰ ਸੰਘਰਸ਼ ਬਾਰੇ ਵੀ ਪਤਾ ਸੀ ਅਤੇ ਉਹਨਾਂ ਦੇ ਕੀ ਅਧਿਕਾਰ ਨੇ ਉਹਨਾਂ ਨੂੰ ਉਹ ਵੀ ਪਤਾ ਸੀ ਮਾਨਿਆ ਪਹਿਲਾਂ ਤਾਂ ਅੱਜ ਜਦੋਂ ਨਰਿੰਦਰ ਮੋਦੀ ਦਾ ਲਾਈਵ ਸੁਣਿਆ ਤਾਂ ਯਕੀਨ ਹੋਇਆ ਕਿ ਨਹੀਂ ਹੋਇਆ ਵੀ ਹਾਂ ਸੱਚ ਹੈ ਕਿ ਨਹੀਂ ਪਹਿਲਾਂ 2 ਮਿੰਟ ਤਾਂ ਮਨ ਨਹੀਂ ਸੀ ਮੰਨਦਾ ਵੀ ਇੰਨੀ ਜ਼ਾਲਮ ਸਰਕਾਰ ਜਿਹੜੀ ਸਾਡੇ ਤੇ ਐਡੇ ਸਾਲਾਂ ਤੋਂ ਇੰਨੀ 1.5 ਸਾਲ ਹੋ ਗਿਆ ਸੀ ਸਾਡੇ ਤੇ ਜ਼ੁਲਮ ਹੀ ਹੁੰਦੇ ਆਏ ਸੀ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਯਕੀਨ ਨਹੀਂ ਸੀ ਹੋਇਆ ਮਨ ਮੰਨਣ ਨੂੰ ਤਿਆਰ ਨਹੀਂ ਸੀ ਪਰ ਜਦ ਫਾਈਨਲੀ ਰਿਸਰਚ ਕੀਤੀ ਪਤਾ ਲੱਗਿਆ ਨਿਊਜ਼ ਚੈਨਲਸ ਤੇ ਦੇਖਿਆ ਤਾਂ ਇਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਉਹ 700 ਸ਼ਹੀਦੀਆਂ ਅੱਜ ਪਾਰ ਲੱਗ ਗਈਆਂ ਨੇ ਫਾਈਨਲੀ ਉਹ ਜਿਹੜੇ 700 ਲੋਕਾਂ ਦਾ ਖੂਨ ਵਹਿਆ ਉਹ ਕਿਸੇ ਕੰਮ ਲਈ ਵਿਆਹ ਸੀ ਉਹ ਫਾਈਨਲੀ ਜੋ ਕਰਨਾ ਚਾਹੁੰਦੇ ਸੀ ਉਹ ਹੋ ਗਿਆ ਇੱਕ ਗੱਲ ਆ ਜਦੋਂ ਕਿਹਾ ਤੇ ਇਹ ਗੱਲ ਬੜੀ ਵਧੀਆ ਕਹਿ ਤੀ ਵੀ ਕਹਿ ਤਾਂ ਦਿੱਤਾ ਮੈਂ
माफ़ी मांग ली पर माफ़ी किस वास्ते मंगी भी समझा नहीं पाया, एक वर्ग नूं मैं समझा नहीं पाया, उस करके मैं वापस लेना चाह रहा। मैं तो किसानी वास्ते बहुत कुछ किया, खेतीबाड़ी वास्ते बहुत कुछ किया, एग्रीकल्चर वास्ते जो पिछले प्रोजेक्ट ने ते अगले प्रोजेक्ट सारे दस दते। ओह जो मर्जी कह लैन, और सानू समझा नहीं पाए या उस उन्हां नूं साडी समझ नहीं पई। असल च गल ए होई कि इन्नी दुनिया नूं ओह समझाना चाहुंदे ही नहीं सी, ओह अपनी मनाउणा चाहुंदे सी ते असी मन्ने नहीं, असी उन्हां नूं अपनी समझाती ते उन्हां ने अपना मन समझाउण लई ए कहता वी ओह सानू नहीं समझा पाए। कंगना दा बयान फिर आ गया हुण, नरेंद्र मोदी तो जिहड़े अक्सर खुश हो जांदे सी अज खुश नहीं हैगे नरेंद्र मोदी तो। कंगना दी सुणदा कौन है, ओनू बस अपनी पई है भी उन्हें जस्ट पब्लिसिटी लैनी है, जितों सुनना चाहती है उन्हें सुना लेनी है, उन्हें बस अपना जाके एक बयान जहा देना है, वो लत्त ही नहीं उन्हें थां थां फसाउणियां ही ने, सिंपली यही काम है वह, उन कदे खुश हो ही नहीं सकती। सिंपल जी गल है, उन्हें अपने वो चाहिए ने कि पहला मैं मोदी सरकार की तो मैं ट्विटर तो भी बैन हो गई, हूँ मेरा काम भी नहीं हो रहा, जिहड़ी मोदी सरकार की मैं एडी की उ मेरी सुन नहीं रही, हो उन्हां दे खिलाफ होगी, जो उन्हें बोलिया वो तो पूरी हस्ती ढहगी ना, क्योंकि वह सारा कुछ बनिया ही इस चीज़ से सी भी किसान गलत ने, फार्म लॉज सही ने, जब वापस ही लै गए तो फिर हूँ एक तरीके नाल गलत ठहराए गए, वो आप भी गलत हो गई, वो किसानों अतवादी भी कहता, हूँ तो यह भी बयान देता से भी 2014 इस आज़ाद हुए थे, उस तो पहले तो आज़ाद ही नहीं सी। कोई गल नहीं, असी कुछ भी नहीं किया, कली आज़ाद करके आइए, जी लकड़ी के घोड़िया चलने वाले सानू दसन गए भी 47 आज़ाद हुए सी असी या असी 14 आज़ाद हुए सी। लकड़ी के घोड़िया पर मणिकर्णिका कहती है, मणिकर्णिका पार्ट 2 भी आ रहा, बड़े हर हैशटैग पाया होता भी मणिकर्णिका। कोई नहीं, वह पता नहीं कली जाके मूवियाँ देखती है, पता नहीं की करती है, अपने ही बंदे बिठाती है, आप टिकटा खरीदती है, आई डोंट थिंक हर मूवीज मेक सेंस, कोई गलबात नहीं हैगी उसकी मूवीज च सेंस बनाने वाली। वो सपोर्टर की करन जिहड़े सपोर्टर कह रहे सी भी खेती कानून बहुत वधिया ने, ये वापस नहीं हो सकते, जो मर्जी करते रहो, कमेंट्स जिहड़े वीडियोज़ दे विच तुहाडे भी वीडियोज़ विच आए सीगे भी वापस नहीं होण लगे, जो मर्जी करी जाओ, भावें इत्थे मोर्चा लाई रखो, भावें बंद कर दो, भावें पक्का बंद कर दो, वापस नहीं होणगे, हुण उहनां दा की बणूगा। उहनां नूं इह गल समझ लैनी चाहीदी है भी जो सच हुंदा है ते जो एक चीज़ किसी दे हक हुंदे ने उह पूरे होणे ही हुंदे ने, ਉਹ ਇਦਾਂ ਨਹੀਂ ਹੋ ਸਕਦਾ ਵੀ ਕੋਈ ਇੱਕ ਬੰਦਾ ਜਾਂ ਦੂਜਾ ਬੰਦਾ ਆ ਕੇ ਸਾਡੇ ਉੱਤੇ ਸਾਡੇ ਹੱਕ ਖੋਲੇ, ਸਾਡੀ ਰੋਟੀ ਖੋਲੇ ਅਤੇ ਅਸੀਂ ਬੈਠ ਕੇ ਦੇਖੀ ਜਾਈਏ। ਅਸੀਂ ਸਾਲ 2 ਸਾਲ 3 ਸਾਲ ਜਿੰਨੇ ਮਰਜ਼ੀ ਸਾਲ ਲੱਗਦੇ, ਚਾਹੇ ਸਾਨੂੰ 24 ਤੱਕ ਬਹਿਣਾ ਪੈਂਦਾ, ਪਹਿਲਾਂ ਵੀ ਇਹੀ ਕਿਹਾ ਸੀ ਵੀ 24 ਤੱਕ ਬਹਿਣਾ ਪਵੇ, 22 ਤੱਕ ਬਹਿਣਾ ਪਵੇ, ਅਸੀਂ ਬੈਠਾਂਗੇ, ਅਸੀਂ ਉਦੋਂ ਤੱਕ ਬੈਠਾਂਗੇ ਜਦ ਤੱਕ ਸਾਡੀ ਰੋਟੀ ਸਾਨੂੰ ਸਾਡੇ ਹੱਥ 'ਚ ਵਾਪਸ ਨਹੀਂ ਦੇ ਕੇ ਜਾਂਦੇ, ਅਸੀਂ ਕਿਸੇ ਕਾਰਪੋਰੇਟ ਘਰਾਣੇ, ਕਿਸੇ ਸਰਕਾਰ, ਕਿਸੇ ਪਾਰਟੀ ਦੇ ਹੱਥ 'ਚ ਆਪਣੀ ਰੋਟੀ ਨਹੀਂ ਦੇਣੀ, ਨੋ ਮੈਟਰ ਉਹ ਪੰਜਾਬ ਸਟੇਟ ਦੀ ਹੈ, ਨੋ ਮੈਟਰ ਉਹ ਨੈਸ਼ਨਲ ਹੈ। ਹੁਣ ਪੋਲੀਟੀਕਲ ਪਾਰਟੀਆਂ ਵੀ ਕਹਿ ਸਕਦੇ ਏਜੰਡਾ ਵੀ ਸੈੱਟ, ਹੁਣ ਕ੍ਰੈਡਿਟ ਵਾਰ ਚੱਲੇਗੀ, ਕੈਪਟਨ ਅਮਰਿੰਦਰ ਸਿੰਘ ਦਾ ਤਾਂ ਬਿਆਨ ਵੀ ਆ ਗਿਆ ਵੀ ਹਾਂ ਮੈਂ ਮੀਟਿੰਗਾਂ ਕਰਦਾ ਰਿਹਾ, ਲਗਾਤਾਰ ਮੈਂ ਮੀਟਿੰਗਾਂ ਕੀਤੀਆਂ ਨੇ, ਸਾਰੇ ਉਹਨਾਂ ਦਾ ਕ੍ਰੈਡਿਟ ਲੈਣਗੇ ਵੀ ਜਿਹੜੇ ਰੱਦ ਕਰਾਏ ਨੇ ਉਸੇ ਰੱਦ ਕਰਾਏ ਨੇ। ਕੋਈ ਨਹੀਂ ਲੈ ਲੈਣ, ਸਾਨੂੰ ਫਰਕ ਨਹੀਂ ਪੈਂਦਾ, ਅਸਲੀ ਕ੍ਰੈਡਿਟ ਉਹ ਇੰਨੀਆਂ ਮਾਵਾਂ ਭੈਣਾਂ ਪੁੱਤਰਾਂ ਸਾਡੇ ਕਿੰਨੇ ਭਰਾਵਾਂ ਨੂੰ ਜਾਂਦਾ ਜਿਹੜੇ ਉੱਥੇ ਬੈਠੇ ਨੇ 1.5 ਸਾਲ ਤੋਂ ਉੱਥੇ ਬੈਠੇ ਨੇ, ਠੰਡ ਗਰਮੀ ਬਾਰਿਸ਼ ਜੋ ਜਿੰਨੇ ਮੌਸਮ ਦੇਖੇ ਨੇ ਉਹਨਾਂ ਨੇ ਉੱਥੇ ਦੇਖੇ ਨੇ, ਵਿਆਹ ਦੇਖੇ ਨੇ ਉਹਨਾਂ ਨੇ ਉੱਥੇ ਦੇਖੇ ਨੇ, ਜੋ ਕੁਛ ਦੇਖ ਸਕਦੇ ਸੀ ਉਹਨਾਂ ਨੇ ਉੱਥੇ ਦੇਖੇ ਨੇ। ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਕੋਈ ਨਹੀਂ ਵੀ ਅਸੀਂ ਜਿੱਤੇ ਹਾਂ ਆਪਣੇ ਲਈ ਅਤੇ ਸੱਚੀ ਦੁਨੀਆ ਦੀਆਂ ਅੱਖਾਂ 'ਚ ਅਸੀਂ ਜਿੱਤੇ ਹਾਂ, ਝੂਠੀ ਸਰਕਾਰ ਦੀਆਂ ਅੱਖਾਂ 'ਚ ਜੋ ਮਰਜ਼ੀ ਜਿੱਤਿਆ ਹੋਵੇ, ਜਿਹਨੇ ਮਰਜ਼ੀ ਜਿਤਾਇਆ ਹੋਵੇ, ਅਸੀਂ ਆਪਣੀਆਂ ਅੱਖਾਂ 'ਚ ਆਪ ਜਿੱਤਿਆ ਅਤੇ ਸਾਰਿਆਂ ਨੂੰ ਪਤਾ ਕਿਹਦੇ ਕਰਕੇ ਜਿੱਤਿਆ, ਅਸੀਂ ਆਪਣੇ ਸੰਘਰਸ਼ ਕਰਕੇ ਜਿੱਤਿਆ, ਕਿਸੇ ਦਾ ਕੋਈ ਹੱਥ ਨਹੀਂ ਹੈ ਇਹਦੇ 'ਚ, ਇਹਦੇ ਸਿਰਫ ਮੇਨ ਹੱਥ ਕਿਸਾਨਾਂ ਦਾ। ਕਿੰਨੀ ਵੱਡੀ ਗੱਲ ਹੋ ਸਕਦੀ ਹੈ ਵੀ ਇੱਕ ਸਰਕਾਰ ਜਿਹਦੇ ਪਿੱਛੇ ਸਾਲ ਪਹਿਲਾਂ ਹੀ ਲੜਦੀ ਰਹੀ, ਰਾਜ ਸਭਾ ਲੋਕ ਸਭਾ ਦੀਆਂ ਉਹ ਤਸਵੀਰਾਂ ਸਾਹਮਣੇ ਦੇਖੀਆਂ ਸੀ ਵੀ ਕਿਸ ਤਰੀਕੇ ਨਾਲ ਲੜ ਕੇ ਜੋ ਹੈ ਵੋਟਿੰਗ ਵੀ ਚੱਜ ਨਾਲ ਨਹੀਂ ਹੋਈ, ਵੋਟਿੰਗ ਵੀ ਸਿਰਫ ਵੌਇਸ ਕਰਾਤੀ ਵੀ ਹਾਂਜੀ ਹਾਂਜੀ ਇਹ ਕਾਨੂੰਨ ਲਿਆ ਦਿੱਤਾ ਗਿਆ, ਅਤੇ ਹੁਣ ਕਿੱਦਾਂ ਬੈਕਫੁੱਟ 'ਤੇ ਆ ਗਈ? ਬੈਕਫੁੱਟ 'ਤੇ ਆਉਣਾ ਤਾਂ ਬਣਦਾ ਸੀ, ਕਿੰਨੇ ਕੁ ਦੇਰ ਝੂਠ ਦੇ ਪੈਰ ਰਹਿ ਸਕਦੇ ਨੇ? ਝੂਠ ਦੇ ਪੈਰਾਂ ਨੂੰ ਨਾ ਸਿਉਂਕ ਛੇਤੀ ਲੱਗਦੀ ਹੈ ਕਿਉਂਕਿ ਉਹ ਲੱਕੜ ਦੇ ਹੁੰਦੇ ਆ, ਉਹਨਾਂ ਨੂੰ ਸਿਉਂਕ ਲੱਗ ਗਈ, ਉਹ ਖਾਧੇ ਗਏ, ਚਲੇ ਗਏ ਉਹ ਪੈਰ, ਹੁਣ ਵਾਪਸ ਅਸੀਂ ਖੜ੍ਹੇ ਹੋਏ ਹਾਂ, ਅਸੀਂ ਜਿੱਤੇ ਹਾਂ ਕਿਉਂਕਿ ਅਸੀਂ ਸੱਚਾਈ 'ਤੇ ਖੜ੍ਹੇ ਸੀ, ਅਸੀਂ ਹੱਕਾਂ 'ਤੇ ਖੜ੍ਹੇ ਸੀ, ਅਸੀਂ ਸੰਘਰਸ਼ 'ਤੇ ਖੜ੍ਹੇ ਸੀ। ਉਹ ਲੋਕ ਜੋ ਮਰਜ਼ੀ ਕਹਿਣਾ ਚਾਹੁੰਦੇ ਸੀ ਸਾਨੂੰ, ਉਹ ਜਿਵੇਂ ਮਰਜ਼ੀ ਦਬਾਉਣਾ ਚਾਹੁੰਦੇ ਸੀ, ਉਹ ਸਾਡੀ ਰੋਟੀ ਖੋਣਾ ਚਾਹੁੰਦੇ ਸੀ, ਉਹ ਜੋ ਮਰਜ਼ੀ ਕਰਨਾ ਚਾਹੁੰਦੇ ਸੀ, ਅਸੀਂ ਦਿਖਾਤਾ ਵੀ ਜੇ ਲੋਕ ਇਕਜੁੱਟ ਹੋ ਜਾਣ, ਇੱਕ ਸੱਚਾਈ ਲਈ ਖੜਿਆ ਜਾਵੇ, ਤਾਂ ਕੋਈ ਮੈਟਰ ਨਹੀਂ ਕਰਦਾ ਵੀ ਕਿੱਡੀ ਵੱਡੀ ਸਰਕਾਰ ਹੈ, ਕਿੱਡਾ ਵੱਡਾ ਲੀਡਰ ਹੈ, ਉਹ ਆਪਣੇ ਆਪ ਨੂੰ ਕਿਹੜੀ ਦੁਨੀਆ ਦਾ ਬਾਦਸ਼ਾਹ ਕਹਿੰਦਾ, ਉਹੀ ਜਿੱਤੇਗਾ ਜਿਹਨੇ ਸੰਘਰਸ਼ ਕੀਤਾ।
ते साडे इन्ने बजुर्गां ने संघर्ष कीता, असी जित के तां दिखा ही दिता, असी दिखा ही दिता कि बैकफुट ते आना ही सी। जो मर्जी कर लेंदे उह जिवें मर्जी साडू दबाउण दी कोशिश करदे, लखीमपुर खेड़ी होया मारन की कोशिश की उन्होंने, सानू गड्डियां चढ़ाइया, डिकलाइन किया उन्होंने भी असी गड्डियां चढ़ाइया। जिन्हें 700 किसान मरे उन्होंने हथियारे तो सरकार ही है ना, उन्होंने हथियारियों च सरकार है, तो वह किसानों के खून ने फाइनली रंग लिया। बाबा नानक जी का अज गुरपुरब है, तो पता लगता है भी बाबे ने आप हथ रखे है किसानों पर, फाइनली असी जित के सामने आए हैं। धन्यवाद जी तुहाडा बहुत बहुत। सो जिमें कि इन्हें गलबात करके हटे हाँ, खुशी भी है लोगों इस पर, एक गल का रोस भी है भी साढ़े 700 किसान भी उत्थे शहीद हो जरूर। किसान जथेबंधियों ने भी कहता भी हजे मोर्चा जारी रहेगा। सो इसी की अज की खबर, वधेरी खबरों जरूर डेली पोस्ट के नाल। कैमरा परसन प्रकाश जस्सा के नाल कुवरजोत सिंह की रिपोर्ट।